ਛੜਿਆਂ ਦਾ ਪਿੰਡ, ਇਹ ਪਿੰਡ ਛੜਿਆਂ ਦਾ, ਜਿੱਥੇ ਮਰਜ਼ੀ ਆ ਜੀ ਮੁਟਿਆਰੇ। ਜਲਦੀ ਬਹੁਤ ਇੰਟਰਸਟਿੰਗ ਜੀ ਚੀਜ਼ ਮੈਂ ਤੁਹਾਨੂੰ ਦਿਖਾਉਂਗੀ। ਬਹੁਤ ਹੀ ਇੰਟਰਸਟਿੰਗ ਚੀਜ਼ ਹੈ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ, ਛੜਿਆਂ ਨੂੰ ਲੈ ਕੇ ਬਹੁਤ ਠੇਠਣ, ਬਹੁਤ ਬੋਲੀਆਂ, ਬਹੁਤ ਹਸੀ ਮਜ਼ਾਕ ਹੈ। ਦੋ ਛੜਿਆਂ ਦੀ ਇੱਕ ਢੋਲਕੀ, ਰੋਜ਼ ਰਾਤ ਨੂੰ ਖੜ ਕੇ ਨੀ ਮੈਂ ਮਰ ਜਾਣੀ ਦਾ, ਨਰਮ ਕਾਲ ਜਾ ਧੜਕੇ ਨੀ ਮੈਂ ਮਰ ਜਾਣੀ ਦਾ, ਨਰਮ ਕਾਲ ਜਾ ਧੜਕੇ ਨੀ ਮੈਂ ਮਰ ਜਾਣੀ ਦਾ। लोग देख रहे हैं उनके गांव के सामने, बोलेंगे हम छड़ों का पिंडा, छड़ों का पिंडा, तो वो तो ऑफेंड हो जाएंगे। और जो शॉप पे हम आए थे वो शॉप बंद है फिलहाल, ये देखिए हमने उस शॉप पे जाना है। पिंडा का नाम किसी टकोरा कला, हां डकोर कला, डकोर कला नहीं टकोरा कला। कुड़ी दा, कुड़ी दा क्या? हां कुड़ी दा ब्याह है, मतलब कि इतने रवाज भी है, इतने मतलब हमने वही परंपरा जी चल रही है उन्होंने फॉलो कर रहे हैं, है ना। तो इतने ज़्यादा लोग ब्याह नहीं कराते, बाकी मोस्टली छड़ियाँ, छड़ियाँ का पिंड है, बहुत सारे छड़े मिलाऊंगी थोड़ा मैं छेती छेती। सो मैं छड़ियाँ के पिंड में हूँ, आप जावे पिंड च गल्ला बातें करेंगे सारे, थोड़ू ये गल मैं विखाऊंगी तो सुनाऊंगी भी सच्ची। इस पिंड छड़े ने बड़ी इंटरस्टिंग इंटरस्टिंग गल्ला हो गई, बस तुम ना जुड़े रहना। रिकॉर्ड हो रही है, मैं सारी पा देनी है। आ देखो आ पिंड दा सब तो बड़ा छड़ा, मान नहीं रहा। चार जवाक बच्चे ने, देख बच्चा आ पुत्तो रिया जा, आ ले मेरे बेटा, ए देखो मेरा मुंडा। A few inches later, जब रोटी पानी दी गल कर, रोटी घरां च, घरां च किन्ने काम हुंदे आ, रोटी पानी कपड़े धोने, होर दूसरे घर खा लिए, इधर खा लिए, उधर खा लिए, साडा कोई नहीं। जे गल करिए मतलब कि थोड़े घर की आप गल करिए, किन्ने जी ने पूरे घर च, तो उन्होंने औरत औरत कि ने हूं तो जी इक्के रह गई, हूं तो जी इक्के रह गई, बाकी सारे छड़े। ते नहीं जे नवे ब्याहे है मुंडे, उन्होंने दे विच ते इक इक दा ही ब्याह होया। जिद्दां तुसीं कहा भी लोग तां नहीं ब्याह करदे कि जमीनां वंडियां जाणगियां साडियां, जिदा ना अपने अपने पंजाबी कल्चर दे विच ना, जिदा मैं गड़ वैसे बुरे मनने वाली गल नहीं है, पर कल्चर दे विच क्या अपने जिहड़ा पंजाबी सभ्याचार है ना, इच ना आम लोग की कहंदे आ भी छड़े बंदे दा यकीन नहीं, छड़िया नूं इक चंगी निगाह नाल नहीं देखा जांदा, ते तुसीं इस गल ते की कहोगे? ना नहीं बहुत है ना, मतलब हर बंदे दीआं भावनावां हुंदीआं है, भावनावां हुंदीआं है जी, पर असी ए नहीं भी हां किसी लड़की नूं गलत बोलना या किसी जनाने नूं गलत बोलना, नहीं। ਜਿੰਨੀ ਮਰਜ਼ੀ ਦੁਸ਼ਮਣੀ ਹੋਵੇ ਬਿਲਕੁਲ ਨਹੀਂ, ਕੋਈ ਨਹੀਂ ਗੱਲ, ਕਿਸੇ ਗੱਲ ਗੁੱਸਾ ਨਹੀਂ, ਕੋਈ ਇੱਕ ਦੂਜੇ ਨਾਲ ਖੜੇ ਹੋਣ ਵਾਲੇ ਨੇ ਸਾਰੇ। ਪਰ ਹੁਣ ਅੱਗੇ ਅੱਗੇ ਇਹ ਰਿਵਾਜ ਬਦਲਦਾ ਪਿਆ, ਹੁਣ ਇਹ ਚੀਜ਼ ਰਹਿ ਨਹੀਂ ਗਈ, ਹੁਣ ਜਿਹੜੇ ਅੱਗੇ ਜਨਰੇਸ਼ਨ ਹੈ ਨਵੀਂ ਪੀੜ੍ਹੀ ਆ ਉਹ ਤਾਂ ਵਿਆਹ ਕਰਾ ਹੀ ਰਹੀ ਆ। ਇਹ ਸਾਡਾ ਛੋਟਾ ਭਰਾ, ਹਾਂਜੀ ਤੁਸੀਂ ਕਰਾਇਆ ਵਿਆਹ? ਨਹੀਂ ਮਤਲਬ ਕਿਉਂ ਤੁਸੀਂ ਕਿਉਂ ਨਹੀਂ ਵਿਆਹ ਕਰਾਇਆ? ਪਿੰਡ ਚ ਰਿਵਾਜ ਆ ਜੇ ਘਰ ਚ ਦੋ ਭਰਾ ਨੇ ਤੇ ਇੱਕ ਵਿਆਹ ਕਰਾਊਗਾ, ਇੱਕ ਨੀ ਕਰਾਉਂਦਾ ਹੁਣ ਨੀ, ਤੇ ਫਿਰ ਤੁਸੀਂ ਕਿਉਂ ਨੀ ਕਰਾਇਆ? ਵਿਆਹ ਵਿਊ ਚ ਕੁਛ ਨੀ ਰੱਖਿਆ, ਆਪਾਂ ਨੀ ਕਰਾਉਣਾ ਵਿਆਹ ਯਾਰ, ਮੈਂ ਤਾਂ ਮਰਿਆ ਫਿਰਦਾ, ਮੈਂ ਤਾਂ ਤੈਨੂੰ ਸਮਝਾ ਨਾ ਬਹੁ ਲਿਆ ਦੂੰਗੀ। ਬੜਿਆ
ਕਹਾਣੀ ਹੈ ਇਹ ਇਹਨਾਂ ਇਹਨੇ ਛੜੇ ਮਤਲਬ ਕਿ ਕੀ ਸਿਸਟਮ ਹੈ ਵਿਆਹ ਹੁੰਦਾ ਨਹੀਂਗਾ ਕਿ ਵਿਆਹ ਕਰਦੇ ਨਹੀਂ ਵਿਆਹ ਕਰਾਉਂਦੇ ਨੇ ਜੀ ਕਈ ਕਿਉਂ ਨਹੀਂ ਕਰਾਉਂਦੇ ਉਹਨਾਂ ਨੂੰ ਆਪਣੇ ਅੱਗੇ ਬਾਰੇ ਪਿਛਲਿਆਂ ਨੂੰ ਦੇਖਦੇ ਕਈ ਬੰਦੇ ਕਹਿੰਦੇ ਵੀ ਕਬੀਲਦਾਰੀ ਔਖੀ ਹੈ ਉਹ ਡਰਦੇ ਨਹੀਂ ਕਰਾਉਂਦੇ ਉਹ ਇੱਦਾਂ ਸੋਚਦੇ ਆ ਵੀ ਕਬੀਲਦਾਰੀ ਸਾਂਭਣੀ ਔਖੀ ਆ ਉਹ ਇੱਦਾਂ ਰਹਿ ਜਾਂਦੇ ਜੀ ਤੇ ਜਿੱਦਾਂ ਹੁਣ ਬਹੁਤ ਸਾਰੇ ਛੜੇ ਇਸ ਪਿੰਡ ਦੇ ਵਿੱਚ ਤੇ ਅੱਗੇ ਅੱਗੇ ਜਿਵੇਂ ਹੁਣ ਰਹਿਣਾ ਬੰਦਾ ਇਕੱਲਾ ਕਿੰਨੇ ਕੁ ਟਾਈਮ ਰਹਿ ਸਕਦਾ ਔਖਾ ਨਹੀਂ ਹੁੰਦਾ ਇੱਦਾਂ ਔਖਾ ਤਾਂ ਮਤਲਬ ਉਹਨਾਂ ਨੂੰ ਆਪਣੀ ਲਾਈਫ ਪਹਿਲਾਂ ਆਪ ਹੀ ਦੇਖ ਲੈਂਦੇ ਵੀ ਔਖਾ ਇੱਧਰ ਔਖਾ ਹੈ ਕਿ ਛੜਿਆਂ ਕਿੰਨੀ ਔਖਾ ਹੈ ਤੇ ਹੁਣ ਇਹ ਰਿਵਾਜ ਹੀ ਬਣ ਗਿਆ ਹੁਣ ਜਿਹੜੀ ਅੱਗੇ ਦੀ ਜਨਰੇਸ਼ਨ ਆ ਰਹੀ ਅੱਗੇ ਦੀ ਪੀੜ੍ਹੀ ਹੈ ਉਹ ਕੀ ਕਹਿੰਦੀ ਹੈ ਕਿ ਅਸੀਂ ਵੀ ਵਿਆਹ ਨਹੀਂ ਕਰਨਾ ਕਿ ਕਰਾਉਣਾ ਹੈ ਬਹੁਤ ਪੀੜ੍ਹੀ ਇੱਦਾਂ ਦੀ ਅੱਗੇ ਵੀ ਕਹਿ ਰਹੀ ਹੈ ਬਈ ਹਜੋ ਪਿੱਛੇ ਅੰਗਰੇਜ਼ਾਂ ਦਾ ਸੋਚਦੇ ਆ ਲੋਕ ਗੂਗਲ ਤੇ ਸਰਚ ਕਰਦੇ ਵੀ ਬਹੁਤ ਬੰਦੇ ਇਕੱਲਾ ਲਾਈਫ ਵਧੀਆ ਜੀ ਸਕਦੇ ਸਾਰੇ ਛੜੇ ਨੇ ਭੈੜੇ ਹੁੰਦੇ ਆ ਬਹੁਤ ਵਧੀਆ ਸੀ ਸਭ ਦਾ ਨੇਚਰ ਬਹੁਤ ਵਧੀਆ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਟ੍ਰੀਟ ਕੀਤਾ ਸੀ ਰੋਟੀ ਪਾਣੀ ਖਾਧਾ ਵਾ ਮਜ਼ਾ ਕੀਤਾ ਘੈਂਟ ਸੀਗਾ ਧੰਨਵਾਦ।